जलंधर दे बस्ती दानिशमंदा विच एक लड़की सिखर दुपहरे अपने प्रेमी दे घर बार तरना लगा के बैठ गई, क्योंकि उसका प्रेमी 5 साल तो ब्याह करवाउण दे मामले विच टाल मटोल कर रहा सी। तरने ते लड़की दी मंग ए सी कि जदों तक ब्याह लई मुंडे वाले हामी नहीं भरदे उदों तक वह उठेगी नहीं। गर्मी दे चलदिआं उसने अपने कोल पीण वाले पानी दी एक बोतल भी रखी हुई सी। लड़की ने कहा कि हुण मुंडे दे घर वाले कह रहे हन कि उन्हां दे मुंडे बारे कोई जानकारी नहीं है कि वह कित्थे चला गया है। लड़की का कहना है कि हालातों तो तंग आ के ही उसने प्रेमी दे घर दे बाहर धरना लगाउण दा फैसला किया है। पिछले 5 साल तो उन्हां दा रिश्ता है, पर जदों भी वह मुंडे नूं ब्याह लई कहिंदी तां वह टाल मटोल कर दिंदा। मुंडे ने सारी गल्लां हो रही कहते हो नहीं रही कुछ नहीं हो रहा पता नहीं कितने हैगा मुंडा की नहीं सारा पता तेन पर आते नहीं मुंडे के सामने मुंडा घर च नहीं है नहीं इतने नहीं है उम्र कि 19 ਹੈ ਗਿਆ। ਹਾਂਜੀ ਇਹ ਮੁੰਡਾ ਤੈਨੂੰ ਕਿੱਥੋਂ ਮਿਲਿਆ? ਮੁੰਡਾ ਸਕੂਲ ਚ ਪੜਦਾ ਹੈ। ਕਿੱਥੇ ਪੜਦਾ ਸੀ? ਅੱਛਾ ਜੀ ਤੁਸੀਂ ਕਿੱਥੇ ਰਹਿੰਦੇ ਹੋ? ਆਪਾਂ ਰਹਿੰਦੇ ਉਧਰ ਕਾ ਮੰਡੀ ਵਾਲੇ ਸਾਈਡ। ਕਾ ਮੰਡੀ ਚੌਂਕ। ਠੀਕ ਹੈ ਜੀ। ਹੁਣ ਤੁਸੀਂ ਚਾਹੁੰਦੇ ਕੀ ਹੋ? ਹੁਣ ਅਸੀਂ ਚਾਹੁੰਦੇ ਕਿ ਮੁੰਡਾ ਵਿਆਹ ਕਰਾ ਵੀ 5 ਸਾਲ ਨਾਲ ਰਿਹਾ ਤੇ ਹੁਣ ਕਰਾਣਾ ਪੈਣਾ ਵਿਆਹ। ਜੇ ਉਹਨੂੰ ਕਿਹਾ ਸੀ ਕਿ ਤਾਂ ਛੱਡ ਦਿੰਦੇ ਬਾਹਰ ਚਲੇ ਜਾਣੇ ਫੇਰ ਕਹਿੰਦਾ ਮੈਂ ਤੇਰੇ ਵੀਜ਼ੇ ਵਾਲੇ ਨੂੰ ਫੋਨ ਕਰ ਦੇਣਾ ਮੈਂ ਇਹਨੂੰ ਫੋਨ ਕਰਦਾ ਮੈਂ ਤੇਰੀ ਫੋਟੋ ਲਈ ਕਰੂੰਗਾ ਮੈਂ ਇਦਾਂ ਕਰੂੰਗਾ ਮੈਂ ਉਦਾਂ ਕਰੂੰਗਾ ਧਮਕੀਆਂ। ਜੀ ਪਹਿਲੇ ਮੈਂ ਕੱਲ ਵੀ ਆਈ ਕੱਲ ਸਾਰੇ ਨੇ ਘਰ ਦੇ ਮੇਰੇ ਉੱਤੇ ਆ ਗਏ ਹਨਾ ਇਹਨਾਂ ਨੇ ਸਾਰੇ ਨੇ ਮੇਰੇ ਤੋਂ ਵਾਰ ਕਰਨੇ ਸ਼ੁਰੂ ਕਰ ਦੇ ਮੇਰੇ ਸਕ੍ਰੈਚਸ ਤੱਕ ਆ ਗਏ ਸਾਰੇ ਇਹਨਾਂ ਦਾ ਮੁੰਡਾ ਆਇਆ ਉਹਨੇ ਮੇਰੇ ਤੇ ਵਾਰ ਕੀਤੀ ਕੀ ਮਤਲਬ ਸੀ ਇਹਨਾਂ ਦਾ ਸੀਨਰ ਘਰ ਦੇ ਨਾਲ ਗੱਲ ਕੀਤੀ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਤੁਹਾਡੇ ਘਰ ਦੇ ਨਹੀਂ ਘਰ ਦੇ ਹੈਗੇ ਨੇ ਘਰ ਦੇ ਵੀ ਮਜਬੂਰ ਨੇ ਕੀ ਕਰਨਾ ਤੁਹਾਡੇ ਘਰ ਵਿੱਚ ਕੌਣ ਕੌਣ ਮੰਮਾ ਪਾਪਾ ਤੀਨੇ ਘਰ ਚ ਕੌਣ ਕੌਣ ਹੈਗਾ ਮੇਰੇ ਘਰ ਚ ਭਰਾ ਨੇ ਭਾਬੀਆਂ ਸਾਰੀਆਂ ਮੰਮਾ ਅੱਛਾ ਜੀ ਹੁਣ ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ ਤੋਂ ਮੰਗ ਇਹ ਹੀ ਹੈ ਕਿ ਸਾਡਾ ਵਿਆਹ ਕਰਵਾਇਆ ਜਾਵੇ ਸਰਕਾਰ ਕੁਝ ਕਿਉਂ ਨਹੀਂ ਕਰ ਰਹੀ ਤੇ ਉਹ ਪੁਲਿਸ ਵਾਲੇ ਕੁਝ ਕਿਉਂ ਨਹੀਂ ਕਰ ਰਹੇ ਕਹਿੰਦੇ ਕੱਲ ਤਾਂ ਕਹਿ ਰਹੇ ਹਨ ਫੋਨ ਕਰਾਂਗੇ ਆਪਾਂ ਬੁਲਾ ਲਾਂਗੇ ਤੇ ਹਜੇ ਤੱਕ ਕਿਉਂ ਨਹੀਂ ਆਇਆ ਫੋਨ ਸਾਨੂੰ ਆਪਾਂ ਤੇ ਬੈਠ ਕੇ ਗੱਲ ਵੀ ਕਿੱਥੇ ਸਿਰ ਮਹੱਲੇ ਦੇ ਪ੍ਰਧਾਨ ਨਾਲ ਉਹਨਾਂ ਨੇ ਵੀ ਕੋਈ ਗੱਲਾਂ ਰੀਲ ਕੱਢੀਆਂ ਨਹੀਂ ਕਹਿੰਦੇ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਕਿਉਂ ਹਰ ਵਾਰ ਪਿੱਛੇ ਹੋ ਜਾਓ ਪਹਿਲਾਂ ਵੀ ਲੜਾਈਆਂ ਹੋਈਆਂ ਇਹਨਾਂ ਨੇ ਸਾਨੂੰ ਚੁੱਪ ਕਰਵਾਤਾ ਕਿ ਚਲੋ ਛੱਡੋ ਇੱਕ ਦੂਜੇ ਨੂੰ ਅਲੱਗ ਅਲੱਗ ਕਰ ਦਿਓ ਫਿਰ ਇਕੱਠੇ ਹੋ ਜਾਂਦੇ ਆ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।